ਆਹ ਵੇਖੋ ਮਿਹਨਤ ਦੇ ਜਿਹੜੀਆਂ ਵੱਟਾਂ ਸੀ ਉਹਨਾਂ ਦੇ ਉੱਤੇ ਅਸੀਂ ਪਿਆਜ਼ ਲਾਏ ਸੀ, ਕੀ ਨਾਮ ਆ, ਉਹ ਤਿਆਰ ਹੋ ਗਏ ਨੇ ਬਿਲਕੁਲ। ਆਹ ਵੇਖੋ ਡੈਡੀ ਦਿਖਾਇਓ ਕੈਮਰੇ ਅੱਗੇ, ਮੋਟੇ ਮੋਟੇ ਵੀ ਆ, ਮੋਟੇ ਮੋਟੇ ਵੀ ਆ ਤੇ ਥੋੜ੍ਹੇ ਛੋਟੇ ਵਗੈਰਾ ਵੀ ਆ, ਤੇ ਗੰਨੇ ਬਿਲਕੁਲ ਤਿਆਰ ਹੋ ਗਏ ਨੇ ਵਧੀਆ ਤਰੀਕੇ ਨਾਲ, ਤੇ ਆ ਛੱਲੀਆਂ ਵੀ ਇੱਥੇ ਪੱਕਣ ਹੀ ਵਾਲੀਆਂ ਹੈ। ਭਿੰਡੀਆਂ ਪੱਕੀਆਂ ਸੁੱਟ ਦੋ, ਵੇਖੋ ਅਸੀਂ ਗੰਢੇ ਖੇਤ 'ਚੋਂ ਪੁੱਟ ਲਏ ਨੇ, ਅਤੇ ਇਹਨਾਂ ਨੂੰ 2 ਦਿਨਾਂ ਦੀ ਧੁੱਪ ਲੱਗਣ ਦੇਵਾਂਗੇ, ਫਿਰ ਇਹਨਾਂ ਦੀਆਂ ਭੂਕਣਾ ਵੱਢ ਗਏ ਅਤੇ ਇਹਨਾਂ ਤੋਂ ਮਿੱਟੀ ਝਾੜ ਕੇ ਅਤੇ ਇਹਨਾਂ ਦੀ ਉਤਲੀ ਛਿੱਲ ਲਾ ਦਾਂਗੇ, ਜਿਹਦੇ ਨਾਲ ਗੰਢੇ ਸਾਫ਼ ਹੋ ਜਾਣਗੇ ਅਤੇ ਇਹਨਾਂ ਨੂੰ ਅਸੀਂ ਸਟੋਰ ਕਰਾਂਗੇ। ਅਤੇ ਗੰਢਿਆਂ ਨੂੰ ਵੈਸੇ ਵੀ ਸੁਕਾ ਕੇ ਹੀ ਸਟੋਰ ਕਰੀਦਾ, ਗਿੱਲਾ ਸਟੋਰ ਨਹੀਂ ਕਰੀਦਾ, ਜਿਹਦੇ ਨਾਲ ਕਿ ਗੰਢੇ ਖਰਾਬ ਹੋ ਜਾਂਦੇ ਆ। ਅਤੇ ਅਗਰ ਤੁਹਾਡੇ ਵੀ ਗੰਢੇ ਖਰਾਬ ਹੋ ਜਾਂਦੇ ਨੇ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਵੇਖੋ, ਅੱਗੇ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਕਿ ਗੰਢਿਆਂ ਨੂੰ ਕਿੱਦਾਂ ਸਟੋਰ ਕੀਤਾ ਜਾਂਦਾ ਹੈ ਬਿਨਾਂ ਟੋਕਰੇ 'ਚ ਪਾਏ। ਇਹਨਾਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਟੋਰ ਕਰਨ ਦਾ ਤਰੀਕਾ, ਅਤੇ ਜਿਵੇਂ ਕਿ ਤੁਸੀਂ ਜਾਣਦੇ ਗੰਢੇ ਬਹੁਤ ਮਹਿੰਗੇ ਆ ਅਤੇ ਖਰਾਬ ਹੋ ਜਾਣ 'ਤੇ ਬਹੁਤ ਨੁਕਸਾਨ ਹੋ ਜਾਂਦਾ ਹੈ। ਅਤੇ ਅਸੀਂ ਐਵੇਂ ਦਾ ਇੱਕ ਕੱਟਾ ਲੈ ਲੈਣਾ ਵਾ ਜਿਹਦੇ ਵਿੱਚ ਹਵਾ ਪਾਸ ਹੁੰਦੀ ਰਹੇ, ਅਤੇ ਉਹਦੇ 'ਚ ਆਪਾਂ ਗੰਢੇ ਰੱਖ ਦੇਣੇ ਆ ਜਿਹਦੇ ਨਾਲ ਕਿ ਉਹ ਗਲਣ ਨਾ। ਇਹਨਾਂ ਦੇ ਛਿਲਕੇ ਵਗੈਰਾ ਸਭ ਉਤਾਰ ਲਏ ਅਤੇ ਇਹਨਾਂ ਨੂੰ ਸਾਫ਼ ਕਰ ਲਿਆ ਸੀ। ਗੰਢੇ ਵਧਿਆ ਹੋਏ ਨਾ ਡੈਡੀ ਜੀ, ਖਰਾਬ ਨਹੀਂ ਹੋਇਆ ਕੋਈ ਗੰਢਾ। ਵੇਖੋ ਗੰਢੇ ਪੂਰੇ ਭਰ ਗਏ ਨੇ। ਤੁਹਾਨੂੰ ਗੰਢੇ ਸਟੋਰ ਕਰਨ ਲਈ ਇੱਕ ਐਵੇਂ ਦਾ ਨੈੱਟ ਵਾਲਾ ਕੱਟਾ ਲੈ ਲੈਣਾ, ਇਹ ਆਸਾਨੀ ਤੋਂ ਕਿਸੇ ਵੀ ਸਬਜ਼ੀ ਵਾਲੇ ਤੋਂ ਜਾਂ ਕਿਤੋਂ ਵੀ ਮਿਲ ਜਾਂਦਾ, ਅਤੇ ਇਹਨੂੰ ਕਿਤੇ ਆਪਣੇ ਸਟੋਰ ਰੂਮ 'ਚ ਜਾਂ ਕਿਤੇ ਵੀ ਐਵੇਂ ਦੇ ਕੱਟੇ ਦੇ ਵਿੱਚ ਭਰ ਕੇ ਅਤੇ ਉੱਤੇ ਛੱਤ ਦੇ ਨਾਲ ਜਾਂ ਕਿਤੇ ਵੀ ਤੁਸੀਂ ਆਪਣੇ ਵੇਖ ਕੇ ਲਟਕਾ ਦੇਣਾ ਵਾ, ਜਿਹਦੇ ਨਾਲ ਇਹਦੇ 'ਚੋਂ ਹਵਾ ਪਾਸ ਹੁੰਦੀ ਰਹੂਗੀ ਅਤੇ ਜਿਹਦੇ ਨਾਲ ਕਿ ਗੰਢੇ ਖਰਾਬ ਨਹੀਂ ਹੋਣਗੇ। ਅਤੇ ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਇਹ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਤੁਸੀਂ ਵੀ ਆਪਣੇ ਘਰ ਆਵਲਾ ਤਰੀਕਾ ਜ਼ਰੂਰ ਟਰਾਈ ਕਰਿਓ, ਇਹਦੇ ਨਾਲ ਗੰਢੇ ਕਦੀ ਖਰਾਬ ਨਹੀਂ ਹੁੰਦੇ। ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਲਾਈਕ ਕਰੋ ਸ਼ੇਅਰ ਕਰੋ, ਅਤੇ ਮੇਰਾ ਵੀ ਇੱਕ ਚੈਨਲ ਹੈ ਗੇਮਿੰਗ ਵਾਰ, ਉਹਦੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗਾ, ਉਹਨੂੰ ਵੀ ਸਬਸਕ੍ਰਾਈਬ ਕਰੋ। ਬਾਏ ਬਾਏ।